ਤੁਸੀਂ ਦੇਖ ਰਹੇ ਹੋ NOI 24 ਚੈਨਲ। ਅੱਜ ਦੀ ਵੱਡੀ ਖਬਰ ਮੋਗੇ ਜ਼ਿਲ੍ਹੇ ਤੋਂ ਹੈ। ਗੱਲ ਸਾਹਮਣੇ ਆਈ ਹੈ ਕਿ ASI ਸਤਨਾਮ ਸਿੰਘ ਨੇ ਆਪਣੀ ਹੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਦਾ ਦੇਹਾਂਤ ਹੋ ਗਿਆ ਹੈ। ਆਓ ਜਾਣੀਏ ਕਿ ਪੂਰੀ ਖਬਰ ਕੀ ਸੀ। ਉਹਦੇ ਰਿਸ਼ਤੇਦਾਰਾਂ ਵੱਲੋਂ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਬਦਨੀ ਕਲਾਂ ਦੇ ਥਾਣੇ ਦੇ SHO ਅਤੇ ਚੌਂਕੀ ਦੇ ਇੰਚਾਰਜ ਉਹਨਾਂ ਨਾਲ ਬੁਰਾ ਵਿਵਹਾਰ ਕਰਦੇ ਸੀ, ਜਿਹਦੇ ਕਰਕੇ ASI ਨੇ ਤੰਗ ਆ ਕੇ ਆਪਣੇ ਹੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ। ਅਤੇ ਜਦੋਂ ਉਹਨਾਂ ਨੂੰ ਹੋਸਪਿਟਲ ਲੈ ਕੇ ਜਾਇਆ ਗਿਆ ਪਰ ਉਹਨਾਂ ਦੀ ਜਾਨ ਬਚਾਉਣਾ ਮੁਸ਼ਕਿਲ ਸੀ ਅਤੇ ਉਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਉਹਨਾਂ ਦੇ ਪਰਿਵਾਰ ਵਾਲਿਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੇ ਬੇਟੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਧਾ ਘੰਟਾ ਪਹਿਲਾਂ ਉਹਦੇ ਪਿਤਾ ਦਾ ਫੋਨ ਆਇਆ ਸੀ ਅਤੇ ਉਹਨਾਂ ਨੇ ਕਿਹਾ ਕਿ SHO ਸਬ ਇੰਸਪੈਕਟਰ ਕਰਮਜੀਤ ਸਿੰਘ 50,000 ਰੁਪਏ ਦੀ ਮੰਗ ਕਰ ਰਿਹਾ ਹੈ ਉਹਦੇ ਪਿਤਾ ਤੋਂ, ਜਿਹਦੇ ਕਰਕੇ ਉਹ ਬਹੁਤ ਪਰੇਸ਼ਾਨ ਸੀ ਅਤੇ ਉਹਨਾਂ ਨੇ ਕਿਹਾ ਕਿ ਮੈਂ ਮਰਨ ਲੱਗਿਆ ਹੈ ਅਤੇ ਉਹਨਾਂ ਨੇ ਸੁਸਾਈਡ ਕਰ ਲਿਆ। ਇਹ ਸੀ ਜੀ ਵੱਡੀ ਖਬਰ ਜੋ ਮੋਗੇ ਜ਼ਿਲ੍ਹੇ ਦੇ ਬਦਨੀ ਕਲਾਂ ਤੋਂ ਸੰਬੰਧਿਤ ਹੈ। ਉੱਥੇ ਇੱਕ ASI ਸਤਨਾਮ ਸਿੰਘ ਨੇ ਆਪਣੀ ਹੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ। ਸਰਕਾਰੀ ਹਸਪਤਾਲ ਦਾ ਜਿਹੜਾ ਗੇਟ ਬੰਦ ਕਰਕੇ ਅੱਜ ਤੁਸੀਂ ਰੋਸ ਪ੍ਰਦਰਸ਼ਨ ਕਰਦੇ ਪਏ ਆ, ਬੜੀ ਜਾਨ ਕੀਤੀ ਹੈ, ਕੀ ਕਾਰਨ ਕੀ ਹੈ ਵੀਰ ਜੀ? ਕਾਰਨ ਇਹ ਹੈ ASI ਸਰਦਾਰ ਸਤਨਾਮ ਸਿੰਘ ਜੀ ਆਪਣਾ ਪਿੰਡ ਜੈਮਲ ਵਾਲੇ ਤੋਂ ਅਤੇ ਉੱਥੇ ਆਪਣੇ ਡਿਊਟੀ ਕਰਦਾ ਸੀਗਾ, ਲੋਪੋ ਡਿਊਟੀ ਕਰਦਾ ਸੀਗਾ ਚੌਂਕੀ ਦੇ ਵਿੱਚ, ਅਤੇ ਇਹ ਕਰਮਜੀਤ ਸਿੰਘ SHO ਉਦੋਂ ਫਰੌਤੀ ਮੰਗਦਾ ਸੀ 50,000 ਰੁਪਈਆ। ਉਹ ਕਹਿੰਦਾ ਸਰ ਮੈਂ ਅੱਜ ਤਾਈਂ ਨਾ ਬੇਈਮਾਨੀ ਕੀਤੀ, ਨਾ ਮੈਂ ਰੁਪਈਆ ਰਿਸ਼ਵਤ ਦਾ ਲਿਆ, ਮੈਂ ਨਾ ਦੇ ਸਕਦਾ। ਉਹ ਕਹਿੰਦਾ ਜਾਂ ਉਹ ਕੇਸ ਵਾਲਿਆਂ ਤੋਂ ਲਿਆ ਕੇ ਦਿਓ ਜਾਂ ਤੁਸੀਂ ਮੈਨੂੰ ਦਿਓ ਆਪਦੇ ਕੋਲੋਂ ਦਿਓ। ਕੋਈ ਉਹਨਾਂ ਦੀ ਕੇਸ ਉਹਨਾਂ ਆਪਾਂ ਨੂੰ ਇਹ ਇੰਨਾ ਨਹੀਂ ਪਤਾ ਗਾ ਵੀ ਕਿਹੜਾ ਕੇਸ ਸੀ ਉਹਨਾਂ ਦਾ। ਆਹ ਹਾਂਜੀ ਗੱਲ ਕਰ ਲਓ। ਅੱਛਾ ਵੀਰ ਜੀ ਉਹਦੇ ਇੱਥੇ ਗਿੱਚੀ ਗੋਲੀ ਵੱਜੀ ਆ, ਠੀਕ ਹੈ ਕਿ ਨਹੀਂ? ਉਹਨੇ ਆਪਦੇ ਮੁੰਡੇ ਨੂੰ ਫੋਨ ਕੀਤਾ ਘਰੇ ਵੀ ਪੁੱਤਰਾ ਆਹ ਗੱਲ ਹੋ ਗਈ, ਅਤੇ ਜਦੋਂ ਉਹ ਮੁੰਡਾ ਉੱਥੇ ਗਿਆ ਉਹਦਾ ਕੋਲੇ ਨਾਲ ਆ ਸਾਡੇ, ਉਦੋਂ ਨੂੰ ਉੱਥੋਂ ਡੈੱਡ ਬਾਡੀ ਲੈ ਕੇ ਇੱਥੇ ਪਹੁੰਚ ਗਏ। ਗੋਲੀ ਕਿਹਨੇ ਮਾਰੀ? ਗੋਲੀ ਮਾਰੀ ਹੈ ਜੀ ਕਰਮਜੀਤ SHO ਨੇ। ਨਾਲੇ ਕਹਿੰਦੇ ਖੁਦਕੁਸ਼ੀ ਕੀਤੀ। ਕਿਉਂ ਨਹੀਂ ਕਹਿੰਦਾ ਖੁਦਕੁਸ਼ੀ? ਤੁਸੀਂ ਵੇਖਣ ਕਿਉਂ ਨਹੀਂ ਦਿੰਦੇ? ਇਹ ਤਾਂ ਜਦੋਂ ਮਲਾਜਾ ਹੋਇਆ ਜਾਂ ਸਾਨੂੰ ਜਦੋਂ ਡੈੱਡ ਬਾਡੀ ਵੇਖਾਂਗੇ ਉਦੋਂ ਪਤਾ ਲੱਗੂ ਨਾ। ਇਹੀ ਕਹਿੰਦੇ ਆ ਸਾਨੂੰ ਕਿਉਂ ਨਹੀਂ ਵੇਖਣ ਦਿੰਦੇ? ਮਾਈ ਜੀ ਮੰਗ ਇਹ ਕਰਦੇ ਵੀ ਉਹਦੇ ਹੱਥ ਘੜੀ ਲਾ ਕੇ FIR ਦਰਜ ਕਰਕੇ 302 ਦਾ ਪਰਚਾ ਹੋਣਾ ਚਾਹੀਦਾ, ਨਹੀਂ ਇਹ ਜਾਮ ਲੱਗੂਗਾ। ਅਸੀਂ ਉਹਨੂੰ ਭਾਵੇਂ 10 ਦਿਨ ਨਾ ਡੈੱਡ ਬਾਡੀ ਨੂੰ ਸੰਸਕਾਰ ਕਰਨਾ ਪਵੇ ਅਸੀਂ ਰੱਖ ਕੇ, ਪਰ ਅਤੇ ਜਿਹੜੇ ਆਪਸਾ ਬੋਲਦਾ ਸੀ ਉਹ ਵੱਖਰਾ ਵੀ ਇਹ ਚੂੜੇ ਆ, ਚੂੜੇ ਕੁਰਸੀਆਂ 'ਤੇ ਬਿਠਾ ਤੇ ਉਹਦਾ ਉਹਨਾਂ ਇਹ ਚੀਜ਼ ਦਾ ਸਾਨੂੰ ਇਨਸਾਫ ਲੈਣਾ ਇਹ।